ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਵਾਈਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ ਦਿੱਲੀ ਕਿਸਾਨ ਮੋਰਚੇ ਨੂੰ ਲੈ ਕੇ ਖਬਰ ਆ ਰਹੀ ਹੈ ਸੰਯੁਕਤ ਮੋਰਚੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਫੈਸਲਾ ਲਿਆ ਹੈ ਜੋ ਫੈਸਲਾ ਲਿਆ ਗਿਆ ਹੈ ਰਜਿੰਦਰਦੀਪ ਸਿੰਘ ਵਾਲਾ ਖਿਲਾਫ ਉਹਨਾਂ ਵੱਲੋਂ ਇੱਕ ਵੱਖ-ਵੱਖ ਸੋਸ਼ਲ ਮੀਡੀਆ ਉੱਤੇ ਪੋਸਟਾਂ ਵੀ ਪਾਈਆਂ ਜਾ ਰਹੀਆਂ ਹਨ ਤੇ ਕੁਝ ਚੈਨਲਾਂ ਨੇ ਵੀ ਪਾਇਆ ਜਾ ਰਿਹਾ ਹੈ ਕੋਈ ਚੈਨਲ ਵੱਲੋਂ ਵੀ ਪਾਇਆ ਜਾ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਰਜਿੰਦਰਦੀਪ ਸਿੰਘ ਵਾਲਾ ਜੋ ਕਿ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਨ ਉਹਨਾਂ ਦੇ ਖਿਲਾਫ ਇੱਕ ਸਖਤ ਐਕਸ਼ਨ ਲੈਂਦਿਆਂ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਤਾਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਸਵੇਰ ਦੀ ਚੱਲ ਰਹੀ ਸੀ ਤਾਂ ਇਸ ਸੰਬੰਧੀ ਇਸ ਗੱਲ ਦੀ ਪੁਸ਼ਟੀ ਕਰਨ ਲਈ ਜਦ ਅਸੀਂ ਕੱਲ ਦੀ ਮੀਟਿੰਗ ਦੀ ਜਿਨ੍ਹਾਂ ਨੇ ਪ੍ਰਧਾਨਗੀ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੋਟਾ ਸਿੰਘ ਬੁਰਜਗਿਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਪਸ਼ਟ ਕਹਿ ਦਿੱਤਾ ਕਿ ਰਜਿੰਦਰਦੀਪ ਸਿੰਘ ਵਾਲਾ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ ਰਜਿੰਦਰਦੀਪ ਸਿੰਘ ਵਾਲਾ ਨੂੰ ਬਿਲਕੁਲ ਕਿਸੇ ਤਰੀਕੇ ਨਾਲ ਸਸਪੈਂਡ ਨਹੀਂ ਕੀਤਾ ਗਿਆ ਉਹਨਾਂ ਦੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਵਾਂਗੇ ਉਹਨਾਂ ਦੀ ਜਿਹੜੀ ਗੱਲਬਾਤ ਸਾਡੀ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਕਿਉਂ ਜੀਆਂ ਝੂਠੀਆਂ ਅਫਵਾਹਾਂ ਤੇ ਖਬਰਾਂ ਜਿਹੜੇ ਚੈਨਲਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੈ ਜਿਹੜੇ ਮੀਡੀਆ ਦੇ ਉੱਤੇ ਪੰਜਾਬੀ ਮੀਡੀਆ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਆ ਉਹ ਮੀਡੀਆ ਕਿਉਂ ਹੋਈਆਂ ਗੱਲਾਂ ਕਰਦਾ ਜੇਕਰ ਅਸੀਂ ਗੋਦੀ মিডিਆ ਨੂੰ ਕਹਿੰਦੇ ਆ ਕਿ ਗੋਦੀ মিডিਆ ਗਲਤ ਕਰ ਰਿਹਾ ਤਾਂ ਸਾਡਾ মিডিਆ ਵੀ ਕਿਉਂ ਜਿਹਾਂ ਕਰ ਰਿਹਾ ਹੋ ਸਕਦਾ ਹੈ ਕਿ ਸਾਡੇ 24 ਸਾਡੇ ਕਿਸੇ ਪੱਤਰਕਾਰ ਦੇ ਕਿਸੇ মিডিਆ ਚੈਨਲ ਦੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਹੋ ਸਕਦਾ ਹੈ ਕਿ ਸਾਡੇ ਵਿਚਾਰ ਨਾ ਰਲਦੇ ਹੋਣ ਹੋ ਸਕਦਾ ਹੈ ਕਿ ਉਹ ਵਿਅਕਤੀ ਸਾਨੂੰ ਚੰਗਾ ਵੀ ਨਾ ਲੱਗਦਾ ਹੋਵੇ ਹੋ ਸਕਦਾ ਹੈ ਕਿ ਸਾਨੂੰ ਉਹਦੀ ਪਾਲਿਸੀ ਵੀ ਨਾ ਵਧੀਆ ਲੱਗਦੀ ਹੋਵੇ ਪਰ ਜਦੋਂ ਅਸੀਂ ਇੱਕ মিডিਆ ਦੇ ਤੌਰ ਤੇ ਵਿਚਰਦੇ ਆ ਤਾਂ ਸਾਡੀ ਨਿਰਪੱਖਤਾ ਸਾਡੇ ਨਾਲ ਚਲਣੀ ਚਾਹੀਦੀ ਹੈ ਸਾਡੀ ਨਿਰਪੱਖਤਾ ਸਾਡੇ ਨਾਲ ਤੁਰਨੀ ਚਾਹੀਦੀ ਹੈ ਸਾਨੂੰ ਨਿੱਜੀ ਰੰਜਿਸ਼ ਨਹੀਂ ਕੱਢਣੀ ਚਾਹੀਦੀ ਸਾਨੂੰ ਬੇਤੁਕੀਆਂ ਤੇ ਗਲਤ ਅਫਵਾਹਾਂ ਨਹੀਂ ਫਲਾਉਣੀਆਂ ਚਾਹੀਦੀਆਂ ਜੇਕਰ ਵਾਕਈ ਉਸ ਆਗੂ ਖਿਲਾਫ ਐਕਸ਼ਨ ਹੋਵੇ ਲੈਕਚਰੂ ਵਿੱਚ ਸਾਡੇ ਕੋਲੇ ਆਵੇ ਸਾਨੂੰ ਆਗੂ ਕਹਿਣ ਤਾਂ ਅਸੀਂ ਜਰੂਰ ਚਲਾਓ ਕਿਉਂਕਿ ਕੋਈ ਵੀ ਸਾਡਾ ਨੇੜੇ ਨਹੀਂ মিডিਆ ਦੇ ਵਿੱਚ ਕੋਈ ਵੀ ਸਾਡੇ ਤੋਂ ਦੂਰ ਨਹੀਂ ਹੈ ਨਾ ਕਾਹੂੰ ਸੇ ਦੋਸਤੀ ਤੇ ਨਾ ਕਾਹੂੰ ਸੇ ਬੈਰੇ মিডিਆ ਦੇ ਵਿੱਚ ਹੋਣਾ ਚਾਹੀਦਾ ਪਰ ਸਵੇਰ ਦੀਆਂ ਕੁਝ ਨਾਮੀ ਚੈਨਲਾਂ ਵੱਲੋਂ ਅਜਿਹੀਆਂ ਖਬਰਾਂ ਚਲਾਉਣੀਆਂ ਕੁਝ ਨਾਮੀ ਲੋਕਾਂ ਵੱਲੋਂ ਅਜਿਹੀਆਂ ਪੋਸਟਾਂ ਪਾਉਣੀਆਂ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਦੀਆਂ ਦਿੱਲੀ ਦੇ ਉੱਤੇ ਬੈਠਿਆਂ ਨੂੰ 6 ਮਹੀਨੇ ਹੋ ਗਏ ਜੇਕਰ মিডিਆ ਪੰਜਾਬੀ মিডিਆ ਨੇ ਸਾਥ ਦਿੱਤਾ ਹੈ ਵਧੀਆ ਗੱਲ ਹੈ ਪਰ ਹੁਣ ਆਕੇ ਕੋਈ ਅਜਈਆਂ ਚੀਜ਼ਾਂ ਨਾ ਪਾਈਆਂ ਜਾਣ ਜਿਨ੍ਹਾਂ ਦੇ ਨਾਲ ਮੋਰਚੇ ਨੂੰ ਢਾ ਲੱਗੇ ਜਿਨ੍ਹਾਂ ਦੇ ਨਾਲ ਲੋਕਾਂ ਦੇ ਦਿਲ ਟੁੱਟਣ ਕਿਉਂਕਿ 6-6 ਮਹੀਨੇ ਤੋਂ ਲੋਕ ਵਹੀਰਾਂ ਕੱਟ ਕੇ ਦਿੱਲੀ ਪਹੁੰਚ ਰਹੇ ਐ ਸੋਸ਼ਲ ਮੀਡੀਆ ਦੇ ਉੱਤੇ ਹੋ ਸਕਦਾ ਹੈ ਕਿ ਮੋਰਚਾ ਠੰਡਾ ਹੋ ਗਿਆ ਹੋਵੇ ਪਰ ਲੋਕ ਆਪਣੇ ਹੱਕਾਂ ਲਈ ਅੱਜ ਵੀ ਮੋਰਚੇ ਦੇ ਉੱਤੇ ਡਟੇ ਹੋਏ ਐ ਸੋ ਉਹਨਾਂ ਡਟੇ ਹੋਏ ਲੋਕਾਂ ਨੂੰ ਸੋ ਉਹਨਾਂ ਡਟੇ ਹੋਏ ਯੋਧਿਆਂ ਨੂੰ ਜੇਕਰ ਅਸੀਂ ਨਾਲ ਨਹੀਂ ਖੜ ਸਕਦੇ ਤਾਂ ਉਹਨਾਂ ਖਿਲਾਫ ਉਸ ਮੋਰਚੇ ਖਿਲਾਫ ਉਸ ਲੜਾਈ ਖਿਲਾਫ ਸਾਡੇ ਕੋਲੋਂ ਅਜਿਹੀ ਪੋਸਟ ਨਹੀਂ ਪੈਣੀ ਚਾਹੀਦੀ हां जेकर पोस्टर सच्चाई ਹੋਵੇ पोस्टर ਅਸਲ ਹੋਵੇ ਚਾਹੇ ਮੋਰਚਾ ਗਲਤ ਵੀ ਕੰਮ ਕਰ ਰਿਹਾ ਹੋਵੇ ਉਹ মিডিਆ ਨੂੰ ਪਾਉਣਾ ਚਾਹੀਦਾ ਪਰ ਜਿਹੜੀ ਚੀਜ਼ ਦਾ ਆਧਾਰ ਹੀ ਕੋਈ ਨਹੀਂ ਉਹ ਸੋਸ਼ਲ ਮੀਡੀਆ ਦੇ ਉੱਤੇ ਚੈਨਲਾਂ ਦੇ ਉੱਤੇ ਪਾਈ ਜਾਣੀ ਕਿਤੇ ਨਾ ਕਿਤੇ ਸਵਾਲ ਖੜੇ ਕਰਦੀ ਹੈ ਫਿਰ ਸਾਡੇ ਤੇ ਵੀ ਕਿ ਕਿੰਨਾ ਕਸੀ ਵਾਕਾਂ ਉਸ ਗੋਦੀ ਮੀਡੀਆ ਨਾਲੋਂ ਜਿਹੜਾ ਗੋਦੀ ਮੀਡੀਆ ਜਿਹੜਾ ਗੋਦੀ মিডিਆ ਮੋਦੀ ਦੀ ਗੋਦੀ ਚ ਖੇਡਦਾ ਉਹਦੇ ਨਾਲੋਂ ਅਸੀਂ ਫਿਰ ਕਿੰਨੇ ਇੱਕ ਵੱਖ ਹਾਂ ਅਸੀਂ ਫਿਰ ਨਿੱਜੀ ਕਿਹੜਾਂ ਕਿੰਨੀਆਂ ਕੱਢਦੇ ਹਾਂ ਜਦੋਂ ਕਿਸੇ ਪੱਤਰਕਾਰ ਦੇ ਜੇ ਸਾਡੇ ਹੱਥ ਚ ਮਾਈਕ ਦਿੱਤਾ ਸਾਡੇ ਹੱਥ ਚ ਕਲਮ ਦਿੱਤੀ ਹੈ ਫਿਰ ਉਹ ਸਾਡੀ ਕਲਮ ਤੇ ਸਾਡਾ ਮਾਈਕ ਨਿਰਪੱਖ ਹੋ ਕੇ ਚੱਲੇ ਫਿਰ ਇਹ ਨਹੀਂ ਕਿ ਜੇ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ ਸਾਡਾ ਕਿਸੇ ਨਾਲ ਮਾਣ ਮਟਾਵ ਹੈ ਤਾਂ ਫਿਰ ਅਸੀਂ ਆਪਣੀ ਕਲਮ ਜਾਂ ਆਪਣੇ ਮਾਈਕ ਜਾਂ ਆਪਣੇ ਟੀਵੀ ਰਾਹੀਂ ਕੱਢਣੀ ਹੈ ਉਹ ਇੱਕ ਵੱਖਰੇ ਵਿਸ਼ੇ ਹੈ ਜਿੰਨਾ ਚਿਰ ਖਬਰ ਦੀ ਸੱਚਾਈ ਨਹੀਂ ਖਬਰ ਤੱਥਾਂ ਤੇ ਨਹੀਂ ਉਹਨਾਂ ਚਿਰ ਸ਼ੇਅਰ ਕਰਨੀ ਕਿੰਨੀ ਸਹੀ ਹੈ ਆਓ ਤੁਹਾਨੂੰ ਸੁਣਾਉਣੇ ਆ ਬੂਟਾ ਸਿੰਘ ਬੁਰਜ ਗਿਲਣੇ ਸਸ ਮਸਲੇ ਬਾਰੇ ਕੀ ਕਿਹਾ ਕੀ ਉਹਨਾਂ ਨੇ ਕਿਹਾ ਕਿ ਕੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਸਸਪੈਂਡ ਕੀਤਾ ਜਾਂ ਨਹੀਂ ਆਓ ਤੁਹਾਨੂੰ ਤੁਸੀਂ ਆਪ ਸੁਣੋ ਕਿ ਉਹਨਾਂ ਨੇ ਕੀ ਕਿਹਾ ਬੋਟਾ ਸਿੰਘ ਬੁਝਗਿਲ ਜੀ ਹਾਂਜੀ ਹਾਂਜੀ ਬੋਟਾ ਸਿੰਘ ਰਜਿੰਦਰ ਜੀ ਸਿੱਧੂ ਬੋਲ ਰਹੇ ਜੀ ਲੋਕ ਵਾਈ ਟੀਵੀ ਤੋਂ ਹਾਂਜੀ ਹਾਂਜੀ ਅੱਛਾ ਬੁਝਗਿਲ ਜੀ ਜਿਹੜੀ ਰਜਿੰਦਰ ਦੀਪ ਸਿੰਘ ਵਾਲਾ ਨੂੰ ਸੰਯੁਕਤ ਮੋਰਚੇ ਤੋਂ ਸਸਪੈਂਡ ਕਰਨ ਦੀ ਖਬਰ ਚੱਲ ਰਹੀ ਹੈ ਕੀ ਸੱਚ ਹੈ ਇਹ ਨਹੀਂ ਸੱਚ ਨਹੀਂ ਹੋਇਆ ਇਹ ਝੂਠੀ ਖਬਰ ਹੈ ਜੀ ਝੂਠੀ ਖਬਰ ਹੈ ਇਹ ਕੱਲ ਦੀ ਮੀਟਿੰਗ ਦੀ ਪ੍ਰਧਾਨਗੀ ਤੁਸੀਂ ਕੀਤੀ ਸੀ ਹਾਂ ਮੈਂ ਕੀਤੀ ਇਹ ਜਿਹੜੀ ਇਹ ਖਬਰ ਫਲਾਈ ਗਈ ਹੈ ਫਿਰ ਕਿਉਂ ਫਲਾਈ ਗਈ ਹੈ ਜੀ ਇਹ ਉਹ ਜਿਹੜੀਆਂ ਪਹਿਲਾਂ ਇੱਕ ਦੂਜੇ ਦੇ ਵਿਰੋਧ ਨਹੀਂ ਚੱਲਦੇ ਇਹ ਆਸੀ ਉਹਨਾਂ ਨੇ ਫਲਾਈ ਹੈ ਉਹਨਾਂ ਨੇ ਫਲਾਈ ਹੈ ਸ਼ਾਸ਼ ਇੱਕ ਦੂਜੇ ਦੇ ਜਿਹੜੇ ਐਂਟੀ ਚੱਲਣਾ ਹੁੰਦਾ ਉਹਨਾਂ ਨੇ ਫਲਾਈ ਹੋਈ ਹੈ ਠੀਕ ਹੈ ਮਤਲਬ ਇਹ ਸ਼ਾਸ਼ ਹੈ ਇੱਕ ਹਾਂ ਸ਼ਾਸ਼ ਅਸਲ ਨਹੀਂ ਹੈ ਕਿ ਉਹ ਸਸਪੈਂਡ ਨਹੀਂ ਕੀਤੇ ਗਏ ਹਾਂ ਹਾਂ ਤਾ ਤੁਸੀਂ ਸੁਣਿਆ ਕਿ ਬੂਟਾ ਸਿੰਘ ਬੁਰਜਗਿੱਲ ਨੇ ਸਪਸ਼ਟ ਕਹਿ ਕੇ ਰਜਿੰਦਰ ਦੀਪ ਸਿੰਘ ਵਾਲਾ ਨੂੰ ਸੰਯੁਕਤ ਕਿਸਾਨ ਮੋਰਚੇ ਚੋਂ ਸਸਪੈਂਡ ਨਹੀਂ ਕੀਤਾ ਗਿਆ ਇਹ ਕੋਈ ਵਿਅਕਤੀ ਹੈ ਇਹ ਹੈ ਜਿਹੜੇ ਖੁਦ ਦੀਆਂ ਕਿਣਾ ਕੱਢ ਰਹੇ ਸੋ ਇਸ ਕਰਕੇ ਸਾਰੇ ਉਹਨਾਂ ਵੀਰਾਂ ਨੂੰ ਮੀਡੀਆ ਵਾਲਿਆਂ ਨੂੰ ਸੋਸ਼ਲ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਅਜਿਹੀ ਪੋਸਟ ਜਿਹਦੇ ਤੇ ਆਧਾਰ ਨਾ ਹੋਵੇ ਜਿਹਦੀ ਸੱਚਾਈ ਨਾ ਹੋਵੇ ਉਹ ਸ਼ੇਅਰ ਨਾ ਕਰੋ ਮੋਰਚੇ ਦੇ ਖਿਲਾਫ ਕੋਈ ਇਹਹੀ ਪੋਸਟ ਸ਼ੇਅਰ ਨਾ ਕਰੋ ਜਿਹਦੇ ਚ ਸੱਚਾਈ ਨਹੀਂ ਜੇ ਮੋਰਚੇ ਆ ਗਲਤ ਕਰ ਰਿਹਾ ਸੱਚ ਸੇ ਸ਼ੇਅਰ ਕਰੋ ਲੋਕਾਂ ਸਾਹਮਣੇ ਲਿਆਓ ਪਰ ਜਿਹਚ ਸੱਚਾਈ ਨਹੀਂ ਉਹ ਸ਼ੇਅਰ ਕਰੋਗੇ ਤਾਂ ਲੋਕਾਂ ਦੇ ਮਨ ਦੁਖਦੇ ਆ ਮੀਡੀਆ ਦਾ ਕੰਮ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਹੈ ਨਾ ਕਿ ਅਫਵਾਹਾਂ ਫਲਾ ਕੇ ਗਲਤ ਜਾਣਕਾਰੀ ਦੇ ਕੇ ਉਹਨਾਂ ਨੂੰ ਉਲਟ ਪਾਸੇ ਲੈ ਕੇ ਜਾਣਾ ਸੋ ਧਿਆਨ ਰੱਖੋ ਵੀਰੋ ਜੇਕਰ ਸਾਡੇ ਹੱਥ 'ਚ ਮਾਇਕ ਹੈ ਤਾਂ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਨਿਰਪੱਖਤਾ ਤੇ ਨਿਰਡਰਤਾ ਨਾਲ ਕੰਮ ਕਰੀਏ ਜੇਕਰ ਕਿਸੇ ਨਾਲ ਸਾਡੇ ਵਿਚਾਰ ਨਹੀਂ ਰਲਦੇ ਉਹ ਫਿਰ ਸਾਡੇ ਚੈਨਲ ਜਾਂ ਮਾਈਕ ਤੇ ਨਾਲ ਨਿਕਲਣ ਉਹ ਵੱਖਰੀ ਗੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਇਹ ਕੀਤਾ ਗਿਆ ਹੈ ਜੋ ਫੈਸਲਾ ਲਿਆ ਗਿਆ ਉਹ ਤੁਹਾਨੂੰ ਬੋਟਾ ਸਿੰਘ ਬੁਰਜਗਿੱਲ ਦੇ ਮੁਖੋਂ ਅਸੀਂ ਸੁਣਾ ਦਿੰਦਾ ਹੈ